ਪੀਣ ਵਾਲਾ ਪਾਣੀ ਸਾਨੂੰ ਘੱਟੋ ਘੱਟ 5-6 ਸਾਲ ਹੋ ਗਏ ਗੰਦਾ ਪੀਂਦਿਆਂ ਨੂੰ, ਤੁਹਾਨੂੰ ਨਲਕਾ ਗੇੜ ਕੇ ਵੀ ਦਿਖਾ ਦਿੰਦੇ ਹਾਂ ਜੇ ਨਹੀਂ ਤਸੱਲੀ ਹੁੰਦੀ ਤਾਂ। ਕੇਜਰੀਵਾਲ ਆਏ ਸੀਗੇ ਪਹਿਲਾਂ, ਉਹਨਾਂ ਨੂੰ ਵੀ ਮੈਂ ਗੇੜ ਕੇ ਨਲਕਾ ਦਿਖਾਇਆ, ਮੈਂ ਕਿਹਾ ਦੇਖੋ ਜਮਾਂ ਲੁੱਕ ਵਰਗਾ ਪਾਣੀ ਪੀਂਦੇ ਹਾਂ ਅਸੀਂ ਗੰਦਾ। ਇਹ ਤਾਂ ਜਨਤਾ ਹੀ ਵਧੀਆ ਕਰ ਸਕਦੀ ਹੈ ਚਾਹੇ ਤਾਂ ਜੀ, ਸਰਕਾਰਾਂ ਦੇ ਤਾਂ ਹੱਥ ਵੱਸ ਹੈ ਨਹੀਂ ਜੀ, ਜਨਤਾ ਸਾਰੇ ਲੋਕ ਇਕੱਠੇ ਹੋ ਕੇ ਕਰਨ ਫਿਰ ਹੀ ਹੋ ਸਕਦਾ ਜੀ, ਜਦੋਂ ਲੋਕ ਹੀ ਚੁੱਪ ਕਰਕੇ ਖੜੇ ਜੀ ਫਿਰ ਕੀ ਕੋਈ ਕੀ ਕਰ ਸਕਦਾ ਜੀ। ਨਰਸਿੰਘ ਕਲੋਨੀ 'ਚੋਂ ਨਸ਼ਾ ਖਤਮ ਨਹੀਂ ਹੁੰਦਾ, ਚਾਹੇ ਬਾਦਲ ਸਰਕਾਰ ਦੀ ਆ ਜੇ ਚਾਹੇ ਕਾਂਗਰਸ ਸਰਕਾਰ ਆ ਜੇ, ਜਿੱਥੇ ਮਰਜ਼ੀ ਕਿਤੇ ਵਿੱਚ ਵਿਚੇ, ਪਰ ਨਰਸਿੰਘ ਕਲੋਨੀ ਸਾਡਾ ਖਤਮ ਹੋਣਾ ਚਾਹੀਦਾ, ਚਾਹੇ ਇੱਥੇ ਪੁਲਿਸ ਪ੍ਰਸ਼ਾਸਨ ਚੌਕੀ ਬਣਾਵੇ ਚਾਹੇ ਕੋਈ ਵੱਡਾ ਅਧਿਕਾਰੀ ਇੱਥੇ ਬਿਠਾਵੇ। ਹਰਿਆਣੇ ਦਾਰੂ ਵਾਧੂ ਵਿਕਦੇ ਹੈਗੇ ਇੱਥੇ, ਹਰਿਆਣੇ ਦਾ ਹਰਿਆਣੇ 'ਚ ਤਾਂ ਮੇਰੇ ਹਿਸਾਬ ਨਾਲ 100 ਰੁਪਏ ਬੋਤਲ ਆ, ਅਤੇ ਪੰਜਾਬ 'ਚ ਇੱਥੇ 200-250 ਦੀ ਬੋਤਲ ਹੈ। ਇਹ ਕੋਈ ਇਹੋ ਜਿਹਾ ਕੋਨਾ ਨਹੀਂ ਹੈ ਜਿੱਥੇ ਵੀ ਮਤਲਬ ਚਿੱਟਾ ਜਾਂ ਨਸ਼ਾ ਨਾ ਵਿਕਦਾ ਹੋਵੇ। ਸਾਡੇ ਨਾਲ ਇੱਕ ਯੂਆ ਜੁੜਿਆ ਸੀ, ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਸਾਨੂੰ ਕੀ ਦੱਸਣਾ ਚਾਹੁੰਦੇ ਆ। ਸਰ, ਤੁਸੀਂ ਪਾਣੀ ਦੇ ਵਿੱਚ ਨਿਕਲ ਕੇ ਆਏ ਆ, ਕਿੰਨੀ ਕੁ ਦਿੱਕਤ ਆਈ ਤੁਹਾਨੂੰ, ਕੀ ਕਹਿਣਾ ਚਾਹੁੰਦੇ ਹੋ? ਮੇਰਾ ਕੁਝ ਨਹੀਂ ਕਹਿਣਾ ਚਾਹੁੰਦਾ। ਤਸਵੀਰਾਂ ਤੁਹਾਨੂੰ ਅਸੀਂ ਨਰਸਿੰਘ ਕਲੋਨੀ ਦੇ ਦਿਖਾ ਰਹੇ ਹਾਂ, ਨਰਸਿੰਘ ਕਲੋਨੀ ਡੱਬਵਾਲੇ ਦੇ ਨਾਲ, ਜਿੱਥੇ ਪਾਣੀ ਦਾ ਬੇਹਾਲ ਹੋਇਆ, ਸੀਵਰੇਜ ਦਾ ਬੇਹਾਲ ਹੋਇਆ। ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਰਾਹਗੀਰੀਆਂ ਨੂੰ ਕਿੰਨੀ ਕੁ ਤਕਲੀਫ ਆਉਂਦੀ ਹੈ। ਅਸੀਂ ਰਾਹਗੀਰੀਆਂ ਨਾਲ ਗੱਲਬਾਤ ਵੀ ਕਰਾਂਗੇ, ਇੱਥੋਂ ਦੇ ਜਿਹੜੇ ਲੋਕ ਹੈਗੇ ਉਹਨਾਂ ਨਾਲ ਗੱਲਬਾਤ ਵੀ ਕਰਾਂਗੇ, ਪਰ ਕਿਤੇ ਨਾ ਕਿਤੇ ਜਿਹੜਾ ਹੈਗਾ ਇਹਨਾਂ ਨੇ ਜਿਹੜਾ ਪਾਣੀ ਦੇ ਵਿਕਾਸ ਨੂੰ ਲੈ ਕੇ, ਜਿਹੜਾ ਪਾਣੀ ਦਾ ਮਸਲੇ ਨੂੰ ਲੈ ਕੇ ਇੱਥੋਂ ਵਾਲੇ ਲੋਕ ਜਿਹੜੇ ਕਾਫੀ ਪਰੇਸ਼ਾਨ ਹਨ। ਤੁਸੀਂ ਦੇਖ ਸਕਦੇ ਹੋ ਕਿ ਰਾਹਗੀਰੀਆਂ ਨੂੰ ਕਿੰਨੀ ਕੁ ਇਹਦੇ ਵਿੱਚ ਦਿੱਕਤ ਆਉਂਦੀ ਆ, ਕਿੰਨੀ ਕੁ ਪਰੇਸ਼ਾਨੀ ਆਉਂਦੀ ਸੀ। ਇਹਨਾਂ ਰਾਹਗੀਰੀਆਂ ਨਾਲ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਸਾਨੂੰ ਇਹਦੇ ਬਾਰੇ ਕੀ ਦੱਸਦੇ ਆ। ਦੁਬਾਰਾ ਫਿਰ ਦੱਸ ਦਈਏ ਕਿ ਇਹ ਜਿਹੜਾ ਪਿੰਡ ਹੈਗਾ ਨਰਸਿੰਘ ਕਲੋਨੀ ਪਿੰਡ ਹੈ, ਜੋ ਕਿ ਬਠਿੰਡਾ ਦੇ ਵਿੱਚ ਪੈਂਦਾ, ਔਰ ਇਸ ਤੋਂ ਅਸੀਂ ਜੇ ਬੈਕ ਸਾਈਡ ਦੀ ਗੱਲ ਕਰੀਏ ਤਾਂ ਬੈਕ ਸਾਈਡ ਜਿਹੜੀ ਹੈਗੀ ਹਰਿਆਣੇ ਦੇ ਵਿੱਚ ਪੈਂਦੀ ਆ। ਕੁਛ ਇੱਥੇ ਮਕਾਨ ਇਹੋ ਜਿਹੇ ਹਨ ਜਿਨ੍ਹਾਂ ਦੀ ਬੈਕ ਜਿਹੜੀ ਕੰਧ ਹੈਗੀ, ਜਿਹੜੀ 9 ਇੰਚੀ ਕੰਧ ਹੁੰਦੀ ਆ, ਉਹ 4 ਇੰਚੀ ਹਰਿਆਣੇ ਦੇ ਵਿੱਚ ਆ ਔਰ 4 ਇੰਚੀ ਪੰਜਾਬ ਦੇ ਵਿੱਚ ਆ। ਉਸ ਨੂੰ ਲੈ ਕੇ ਵੀ ਕਾਫੀ ਜਿਹੜੇ ਹੈਗੇ ਮਸਲਿਆਂ ਦੇ 'ਚ ਰਹਿੰਦਾ। ਅਸੀਂ ਇੱਥੇ ਦੇ ਜਿਹੜੇ ਵਸਨੀਕ ਅਸੀਂ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਇਸੇ ਪਾਣੀ ਨੂੰ ਲੈ ਕੇ ਜਿਹੜਾ ਇੱਥੇ ਜਿਹੜਾ ਹੈਗਾ ਇਹਨਾਂ ਨੂੰ ਕਿਸ ਤਰ੍ਹਾਂ ਦੀਆਂ ਦਿੱਕਤਾਂ ਆਉਂਦੀਆਂ। ਸਭ ਤੋਂ ਪਹਿਲਾਂ ਜਿਹੜੇ ਕਾਂਗਰਸ ਦੇ ਜੇ ਮੈਂਬਰ ਅਸੀਂ ਉਹਨਾਂ ਨਾਲ ਗੱਲਬਾਤ ਕਰਾਂਗੇ। ਸਰ, ਤੁਹਾਡੀ ਸਰਕਾਰ ਹੈ, ਕੀ ਗੱਲ, ਪਾਣੀ ਬਹੁਤ ਚਿਰ ਦਾ ਖੜਾ, ਕਿਉਂ ਨਹੀਂ ਇਹ ਪਾਣੀ ਨਿਕਲਦਾ ਇੱਥੋਂ ਜੀ? ਇੱਕ ਤਾਂ ਇਹ ਗਲਤ ਸੀਵਰ ਬਹੁਤ ਗਲਤ ਪਿਆ ਹੋਇਆ, ਇਹਦਾ ਜਿਹੜਾ ਲੈਵਲ ਹੈ ਉਹ ਸਹੀ ਨਹੀਂ ਪਿਆ ਹੈਗਾ। ਤੁਹਾਡਾ ਨਾਮ ਕੀ? ਨਾਮ ਦੱਸੋ। ਭਗਵਾਨ ਸਿੰਘ ਹੈ ਜੀ, ਮੈਂ ਭਗਵਾਨ ਸਿੰਘ ਹਾਂ, ਬਲਾਕ ਸਮਿਤੀ ਮੈਂਬਰ ਹਾਂ। ਓਕੇ, ਹਾਂਜੀ ਹਾਂਜੀ। ਅਤੇ ਗਲਤ ਕਿਹਨੇ ਪਾਇਆ ਸੀ ਗਲਤ? ਇਹ ਜਿਹੜੀ ਇਹ ਤੋਂ ਪਹਿਲਾਂ ਸਰਕਾਰ ਸੀਗੀ ਉਹਨੂੰ, ਉਦੋਂ ਪਿਆ ਹੋਇਆ ਜੀ। ਪਹਿਲਾਂ ਸਰਕਾਰ ਕਿਹਨਾਂ ਦੀ ਸੀ? ਅਕਾਲੀ ਦਲ ਦੀ। ਓਕੇ, ਉਹਨਾਂ ਕਰਕੇ ਹੈਗਾ ਜੀ? ਨਹੀਂ, ਕਿਤੇ ਪਰ ਮਤਲਬ ਸਹੀ ਨਹੀਂ ਪਿਆ ਜੀ, ਤਾਂ ਚੱਲ ਰਿਹਾ ਜੀ। ਨਹੀਂ, ਜੇ ਉਹਨਾਂ ਨੇ ਸਹੀ, ਉਹਨਾਂ ਨੇ ਜੇ ਗਲਤ ਬਣਾਤਾ ਤਾਂ ਤੁਸੀਂ ਇਹਨੂੰ ਥੋੜ੍ਹਾ ਜਿਹਾ ਸੁਧਾਰ ਦਿਓ ਜੇ ਉਹਨਾਂ ਦੇ ਲੱਗੇ। ਅਸੀਂ, ਸਾਡੇ ਕੋਲ ਕੋਈ ਫੰਡ ਨਹੀਂ ਜੀ, ਸਰਕਾਰ ਨੂੰ ਨਾ ਸਾਨੂੰ ਕੋਈ ਦੇ ਰਹੀ ਹੈਗੀ ਸਰਕਾਰ। ਹਾਂਜੀ ਹਾਂ, ਅਤੇ ਅਸੀਂ ਤਾਂ ਆਪਦੇ ਲੈਵਲ 'ਤੇ ਮਤਲਬ ਜਿੰਨਾ ਕੁ ਹੈਗਾ ਉਹ ਚਲਾਈ ਜਾਂਦੇ ਹਾਂ। ਮਤਲਬ ਸਰਕਾਰ ਸਾਨੂੰ ਕੁਛ ਨਹੀਂ ਦੇ ਰਹੀ ਇਸਦਾ। ਅਸੀਂ 2-3 ਵਾਰੀ ਮੈਂ ਜਾ ਕੇ ਬਲਾਕ 'ਚ ਵੀ ਆਖਿਆ ਵੀ ਸਾਨੂੰ ਵੀ ਪੈਸੇ ਦੇਵੇ ਦੇ, ਅਤੇ ਸਾਨੂੰ ਕੁਛ ਨਹੀਂ ਮਿਲ ਰਿਹਾ। ਨਹੀਂ, ਸਰਕਾਰ ਨੇ ਤਾਂ ਉਦੋਂ ਜਦੋਂ ਸਰਕਾਰ ਅਸੀਂ ਪੰਚਾਇਤ ਅਸੀਂ ਪੰਚਾਇਤ ਨੇ ਜਦੋਂ ਸੱਤਾ 'ਚ ਆਉਣਾ ਸੀਗਾ ਉਦੋਂ ਉਹਨਾਂ ਨੇ ਬਹੁਤ ਵਾਅਦੇ ਕੀਤੇ ਸੀ, ਹੁਣ ਤੁਸੀਂ ਕਹਿੰਦੇ ਸਰਕਾਰ ਫਿਰ ਤੁਹਾਡੀ ਗੱਲ ਵੀ ਨਹੀਂ ਸੁਣਦੀ ਪਈ ਹੁਣ? ਅਸੀਂ ਪੰਚਾਇਤ ਨੇ ਲਿਖ ਕੇ ਭੇਜਿਆ ਹੋਇਆ ਵੀ ਪੰਚਾਇਤ ਤੋਂ ਨਹੀਂ ਸਾਂਭ ਰਿਹਾ, ਅਸੀਂ ਮਤਲਬ ਵੀ ਪੰਚਾਇਤ ਨਹੀਂ ਸਾਂਭ ਰਹੀ, ਸਰਕਾਰ ਸਾਂਭੇ, ਸਰਕਾਰ ਸਾਂਭ ਨਹੀਂ ਰਹੀ। ਫਿਰ ਤੁਹਾਨੂੰ ਲੱਗਦਾ ਕਿਤੇ ਨਾ ਕਿਤੇ ਸਰਕਾਰ ਜਿਹੜੀ ਹੈਗੀ ਉਹ ਕਾਮਯਾਬ ਨਹੀਂ ਹੈਗੀ? ਨਹੀਂ, ਜੇ ਤੁਸੀਂ ਇਹ ਗੱਲ ਕਹਿ ਰਹੇ ਹੋ ਤਾਂ ਨਹੀਂ, ਸਰਕਾਰ ਤਾਂ ਕਾਮਯਾਬ ਹੈਗੇ ਤਾਂ, ਪਰ ਮਤਲਬ ਇਸ ਚੀਜ਼ ਬੰਨੀ ਤਵੱਜੋ ਨਹੀਂ ਦੇ ਰਹੀ ਸਰਕਾਰ। ਸਾਡੀ ਮਤਲਬ ਜਿਹੜੀ ਕਲੋਨੀ ਹੈਗੀ ਉਹਦੇ ਵਿੱਚ ਜਿਹੜਾ ਗੰਦ ਪਈ ਜਾਂਦਾ ਉਹ ਸਰਕਾਰ ਇਸ ਬਾਰੇ ਕੁਛ ਨਹੀਂ ਸੋਚ ਰਹੀ। ਸੋ ਪਿਛਲੀ ਸਰਕਾਰ ਦੇ ਜਿਹੜੇ ਸੀਗੇ ਜਿਹੜੇ ਸਰਪੰਚ ਜੱਸਾ ਸਿੰਘ ਉਹਨਾਂ ਦਾ ਨਾਮ ਆ, ਉਹਨਾਂ ਦੇ ਬ੍ਰਦਰ ਇੱਥੇ ਖੜ੍ਹੇ ਆ। ਸਰ, ਤੁਹਾਡਾ ਕੀ ਨਾਮ ਹੈ? ਸਭ ਤੋਂ ਪਹਿਲਾਂ ਤਾਂ ਮੈਂ ਸਪੋਕਸਮੈਨ, ਹਰਿਆਣਾ ਸਪੋਕਸਮੈਨ ਜਿੰਦਲ ਸਾਹਿਬ ਦਾ ਬਹੁਤ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਨਰਸਿੰਘ ਕਲੋਨੀ ਦੇ ਵਿੱਚ ਇੱਥੇ ਆ ਕੇ ਸਾਡੀਆਂ ਸਮੱਸਿਆ ਸੁਣਨ ਵਾਸਤੇ ਕਿਹਾ। ਸਭ ਤੋਂ ਪਹਿਲੀ ਗੱਲ ਇਹ ਜੀ, ਜਿੰਨੇ ਵੀ ਕਾਂਗਰਸੀ ਸਾਡੇ ਇੱਥੇ ਪੰਚਾਇਤ ਬਣੀ ਹੈ, ਇਹ ਪੈਸੇ ਇਕੱਠੇ ਕਰਦੇ ਜੀ, 200 ਰੁਪਈਆ ਘਰ ਮਗਰ ਲੈਂਦੇ ਹੈ, ਅਤੇ ਕੋਈ ਸੀਵਰ ਨਹੀਂ ਚੱਲਦਾ ਸਾਡੇ, ਨਾ ਕੋਈ ਪੈਪ ਪੈਂਦੀ ਹੈ। ਦੂਜੇ ਤਾਂ ਇੱਕ ਮਹੀਨੇ 'ਚ ਮੇਰੇ ਹਿਸਾਬ ਨਾਲ 2 ਵਾਰੀ ਪੈਸੇ ਮੰਗਦੇ ਹੋਣਗੇ, ਇਹਨਾਂ ਤੋਂ ਕੋਈ ਸੀਵਰ ਨਹੀਂ ਚੱਲਿਆ। ਇਹ ਪਹਿਲਾਂ ਮੈਂ ਇਹਨਾਂ ਨੂੰ ਭਗਵਾਨ ਸਿੰਘ ਨਾਲ ਗੱਲ ਕੀਤੀ, ਇੱਕ ਦਿਨ ਕਹਿੰਦੇ ਸਾਨੂੰ, ਅਸੀਂ ਐਪਲੀਕੇਸ਼ਨ ਦਿੱਤੀ ਸੀ ਸਰਕਾਰ ਨੂੰ, ਅਤੇ ਉਹ ਕਹਿੰਦੇ ਸਾਨੂੰ, ਕਹਿੰਦੇ ਜਿਵੇਂ ਪਹਿਲੀ ਪੰਚਾਇਤ ਚਲਾਉਂਦੀ ਸੀ ਉਵੇਂ ਚਲਾਓ। ਮੇਰੇ ਕੋਲ ਖੜ੍ਹੇ ਭਾਈ ਸਾਹਿਬ ਸਾਡੇ ਕੋਈ ਜਾਨੀ ਉਹ ਨਹੀਂ ਹੈ, ਅਸੀਂ ਪਰਿਵਾਰ ਤੌਰ 'ਤੇ ਵਰਤਦੇ ਹਾਂ, ਅਤੇ ਇਹਨਾਂ ਕੋਈ ਵੀ ਕਾਂਗਰਸ ਦੀਆਂ ਗਲਤ ਨੀਤੀਆਂ, ਇਹਨਾਂ ਸਾਡੇ ਵਿਕਾਸ ਕੋਈ ਨਹੀਂ ਕਰਾਇਆ। 10 ਕਰੋੜ ਰੁਪਈਆ ਸਾਡੇ ਸ਼੍ਰੋਮਣੀ ਅਕਾਲੀ ਦਲ ਦੇ ਮੇਰੇ ਭਾਈ ਸਾਹਿਬ ਸਰਪੰਚ ਰਹੇ ਜਸਪਾਲ ਸਿੰਘ, ਉਹਨਾਂ ਨੇ ਸੀਵਰ ਪਵਾਇਆ, ਗਲੀਆਂ ਨਾਲੀਆਂ ਸਭ ਕੁਛ ਕੀਤਾ, ਪਰ ਇਹਨਾਂ ਨੇ ਇੱਕ ਇੱਟ ਨਹੀਂ ਲਵਾਈ, ਇੱਕ ਵੀ ਇੱਟ, ਠੀਕ ਹੈ। ਇਸ ਤੋਂ ਪਹਿਲਾਂ 6-7 ਲੱਖ ਰੁਪਇਆ ਨੂੰ ਕਲਾਇਆ ਵੀ ਹੈ, 2 ਲੱਖ ਰੁਪਈਆ ਅਸੀਂ ਸਾਡੇ ਪੰਚਾਇਤ ਨੂੰ 3 ਨੰਬਰ 'ਤੇ ਇਨਾਮ ਮਿਲਿਆ ਸੀ, ਉਹ ਇਹਨਾਂ ਕੋਲ ਸੀ, ਇਹਨਾਂ ਨੂੰ ਕਹਿ ਕੇ ਗਏ ਸੀ। ਅਸੀਂ, ਮੇਰੇ ਭਾਈ ਸਾਹਿਬ ਨੇ ਕਿਹਾ ਸੀ ਵਿੱਚ ਸੀ ਵੀ ਗੁਰਦੁਆਰਾ ਸਾਹਿਬ ਦੇ ਵਿੱਚ ਇਹ ਮੀਟਿੰਗ ਹੋਈ ਸੀ,
ਹੁਣ ਇਹ ਪੈਸੇ ਵੀ ਇਕੱਠੇ ਕਰਦੇ ਆ, ਸੀਵਰ ਵੀ ਨਹੀਂ ਚੱਲ ਰਿਹਾ। ਇਹ ਸਾਨੂੰ ਬਹੁਤ ਜ਼ਿਆਦਾ ਪਰੇਸ਼ਾਨੀ ਹੈ। ਜਿੰਨੇ ਵੀ ਸਾਡੀ ਕਲੋਨੀ ਦੇ ਜਿੰਨੇ ਵੀ ਗਰੀਬ ਬੰਦੇ ਹੈ, ਸਾਡੀ ਕਲੋਨੀ ਦੇ ਵਿੱਚ ਕੋਈ ਵੀ ਇਹੋ ਜਿਹਾ ਨਹੀਂ ਗਾ ਜਿਹਦਾ ਕੋਈ ਆਪਦਾ ਮਕਾਨ ਪਾ ਸਕੇ ਜਾਂ ਕੋਈ ਸਮੱਸਿਆ ਨੂੰ ਹੱਲ ਕਰ ਸਕੇ। ਜਦੋਂ ਪਿਛਲੀ ਸਰਕਾਰ ਵੇਲੇ ਇਹ ਕਹਿੰਦੇ ਹੈ ਵੀ ਸਾਡੀ ਸਰਕਾਰ ਨੇ 10 ਕਰੋੜ ਰੁਪਏ ਲਾ ਕੇ ਸੀਵਰ ਬਣਾਇਆ ਹੈ, ਚਲਾਇਆ ਵੀ ਹੈ, ਇਹ ਸਰਕਾਰ ਕੋਲ ਜਾਂਦੇ ਨਹੀਂ ਜੀ। ਇਹਨਾਂ ਕੋਲ ਕੋਈ ਐੱਮ ਐੱਲ ਏ ਨਹੀਂ ਆਉਂਦਾ, ਕੋਈ ਐੱਮ ਪੀ ਨਹੀਂ ਆਉਂਦਾ ਇਹਨਾਂ ਦਾ। ਸਾਡੇ ਬੀਬਾ ਹਰਸਿਮਰਤੀ ਬਾਦਲ ਦਾ ਹੁਣ ਕੋਈ ਦੌਰਾ ਹੋਣਾ ਹੈ, ਅਸੀਂ ਇਹ ਉਹਨਾਂ ਮੂਹਰੇ ਰਿਕੁਐਸਟ ਕੀਤੀ ਹੈ। ਉਹ ਕਹਿੰਦੇ ਜਿੱਦਾਂ ਸਾਡਾ ਦੌਰਾ ਹੋਇਆ ਸੀ ਸ਼੍ਰੋਮਣੀ ਅਕਾਲੀ ਦਲ ਵੰਡਿੰਗੋਂ ਹੀ ਇਹ ਸੀਵਰ ਚੱਲਣਾ ਹੈ, ਜਿੱਦਾਂ ਚੱਲਿਆ ਕਾਂਗਰਸ ਦੇ ਹੱਥ ਖੜੇ ਜੀ, ਅੱਜ ਵੀ ਹੈ ਅਤੇ ਕੱਲ੍ਹ ਵੀ ਹੈ। ਜਿਹੜੇ ਤੁਸੀਂ 200 ਰੁਪਏ ਇਕੱਠਾ ਕਰਦੇ, ਇਹ ਹਰੇਕ ਮੰਥ 200 ਰੁਪਏ ਇਕੱਠਾ ਲਿਆ ਜਾਂਦੇ? ਹਾਂਜੀ, ਹਰੇਕ ਕਿਸੇ ਦਾ ਲਿਆ ਜਾਂਦਾ। ਇਹ ਕਹਿੰਦੇ ਵੀ ਸੀਵਰ ਸਾਫ਼ ਕਰਾਉਣੇ ਹੈ, ਸਾਡੇ ਕੋਲ ਕੋਈ ਹੋ ਨਹੀਂਗਾ ਵੀ ਥੋੜ੍ਹੇ ਸੀਵਰ ਸਾਫ਼ ਕਰਾਉਣੇ ਜੀ। ਸਰਕਾਰ ਨੂੰ ਕੋਈ ਪੁੱਛਣਾ 200 ਰੁਪਇਆ ਕਰਕੇ ਹੈ ਤਾਂ ਕੋਈ ਕਰਦੇ ਹੈ, ਅਤੇ ਕਹਿੰਦੇ ਸਾਨੂੰ ਉਦੋਂ ਲੱਗ ਗਿਆ ਇਹ ਵੀ ਜੋ ਵੀ ਖਰਚਾ ਹੁੰਦਾ ਪਬਲਿਕ ਕਰੇ। ਪਬਲਿਕ ਦਾ ਕੀ ਕਸੂਰ ਹੈ ਇਸ 'ਚ? ਇਹਨਾਂ ਨੇ ਵੋਟਾਂ ਪਾਇਆ, ਪਾ ਕੇ ਇਹਨਾਂ ਨੂੰ ਸਰਪੰਚ ਬਣਾਇਆ, ਸਾਨੂੰ ਬਣਾਇਆ, ਅਸੀਂ 10 ਸਾਲ ਸਰਪੰਚ ਰਹੇ ਹਾਂ ਜੀ। ਅਸੀਂ ਜੋ ਵੀ ਵਿਕਾਸ ਦੇ ਕੰਮ ਕੀਤੇ, ਸਾਡੇ ਅਲਟੀਮੇਟ ਸਕੂਲ ਬਣਿਆ ਇੱਥੇ ਜੀ, ਬਹੁਤ ਵਧੀਆ ਧਰਮਸ਼ਾਲਾ ਬਣੀ ਹੈ, ਹੋਰ ਸੀਵਰ ਸਾਡੀ ਇਹ ਸਰਕਾਰ ਵੇਲੇ ਹੀ ਸਾਡੇ ਸਰਪੰਚ ਸਾਹਿਬ ਦੇ ਨਾਲ ਅਤੇ ਸਰਬਜੀਤ ਸਿੰਘ ਡੂਮ ਵਾਲੀ ਜੋ ਚੇਅਰਮੈਨ ਰਹਿ ਚੁੱਕੇ ਹੈ ਉਹਨਾਂ ਦੇ ਸਦਕਾ ਹੀ ਇਹ ਕਲੋਨੀ ਦਾ ਵਿਕਾਸ ਹੋਇਆ ਜੀ। ਸੋ ਇਸ ਮਾਮਲੇ ਦੇ ਵਿੱਚ ਸਾਡੇ ਨਾਲ ਕਾਂਗਰਸ ਦੇ ਮੈਂਬਰ ਖੜੇ ਸੀ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਤੁਹਾਡੇ 'ਤੇ ਐਲੀਗੇਸ਼ਨ ਲਾ ਰਹੇ ਕਿ 200 ਰੁਪਏ ਤੁਸੀਂ ਲੈਂਦੇ ਹੋ, ਕਿਸ ਚੀਜ਼ ਦਾ ਲੈਂਦੇ ਹੋ ਜੀ? 200 ਰੁਪਇਆ ਜਿਹੜਾ ਕੋਈ ਮਤਲਬ ਕਹਿੰਦਾ ਵੀ 200 ਰੁਪਏ ਦਾ ਤਾਂ ਉਹਨੂੰ 1 ਲੱਖ ਰੁਪਇਆ ਆਪਦੇ ਵੱਲੋਂ ਹਰਜਾਨੇ ਵੱਲੋਂ ਦੇਵਾਂਗੇ। ਜਿਹੜਾ ਕੋਈ ਬੰਦਾ ਇੰਨੇ ਖੜਿਆਂ 'ਚੋਂ ਕਹਿ ਦੇ ਵੀ ਪਰ ਮਹੀਨੇ ਦਾ ਵੀ ਪਰ ਮਹੀਨੇ ਦਾ 200 ਰੁਪਇਆ ਲੈ ਰਹੇ ਆ, ਵੀ ਉਹਦਾ ਮਤਲਬ ਵੀ ਅਸੀਂ ਹੈਗਾ ਵੀ ਜੋ ਕੋਈ ਕਹੇ ਪਰ ਮਹੀਨੇ ਦਾ 200 ਰੁਪਇਆ ਲੈ ਨਹੀਂ ਲੈ ਰਹੇ, ਬਿਲਕੁਲ ਨਹੀਂ ਲੈ ਹੀ ਨਹੀਂ ਰਹੇ। ਜਾਂ ਕਿਤੇ ਕਿਤੇ ਹੀ ਲੈਂਦੇ ਹੋ? ਨਹੀਂ ਨਹੀਂ ਲੈ ਰਹੇ ਹਾਂ, 150 ਰੁਪਇਆ ਪਰ ਮਹੀਨੇ ਦਾ ਲੈ ਰਹੇ ਹਾਂ, ਉਹ ਵੀ ਸਾਰੇ ਘਰ ਗਰੀਬ ਕਲੋਨੀ ਹੈਗੀ, ਸਾਰੇ ਘਰ ਨਹੀਂ ਦੇ ਰਹੇ। ਤੁਹਾਡੀ ਸਰਕਾਰ ਆਉਣ ਤੋਂ ਬਾਅਦ, ਤੁਹਾਡੀ ਪੰਚਾਇਤ ਆਉਣ ਤੋਂ ਬਾਅਦ ਤੁਹਾਡੇ ਵੱਲੋਂ ਇੱਥੇ ਕਿਸ ਤਰ੍ਹਾਂ ਦਾ ਵਿਕਾਸ ਕਰਾਇਆ ਗਿਆ? ਵਿਕਾਸ ਜਿੱਥੇ ਹੁਣ ਖੜੇ ਹਾਂ, ਜਿੱਥੇ ਆਣੇ ਅੱਟ ਨਹੀਂ ਲੱਗੀ ਜੀ, ਸਾਰੀ ਗਲੀ ਹੁਣ ਦੂਰੀ ਤੋਂ ਨਵੀਂ ਬਣੀ ਵੀ ਹੈ। ਹਾਂਜੀ ਹਾਂਜੀ, ਨਹੀਂ ਗਲੀ ਦੁਆਰਾ ਤੁਸੀਂ ਜਿਹੜੀ ਅਕਾਲੀ ਸਰਕਾਰ ਨੇ ਗਲੀ ਬਣਾਈ ਸੀ ਉਸ ਤੋਂ ਬਾਅਦ ਤੁਸੀਂ ਬਣਾਈ ਫਿਰ? ਹਾਂਜੀ ਹਾਂ, ਸਾਈਡਾਂ 'ਤੇ ਹੁਣ ਬਣਾਈ ਅਸੀਂ, ਜਿੱਥੇ ਹੁਣ ਖੜੇ ਆਪਾਂ ਇੱਥੇ ਗਲੀ ਬਣੀ ਵੀ ਹੈ। ਨਹੀਂ ਫਿਰ ਜੇ ਗਲੀ ਇੱਥੇ ਬਣੀ ਹੈ ਫਿਰ ਪਾਣੀ ਕਿਉਂ ਖੜਾ? ਪਾਣੀ ਦਾ ਇਹਦਾ ਨਿਕਾਸ ਨਹੀਂ ਸਹੀ, ਲੈਵਲ ਨਹੀਂ ਸਹੀ। ਤੁਸੀਂ ਜਾ ਕੇ ਦੇਖੋ, ਇਹ ਤਾਂ ਕਹਿੰਦੇ ਨੇ ਵੀ ਅਸੀਂ ਵਿਕਾਸ ਕੀਤਾ ਬਹੁਤ ਵਧੀਆ, 10 ਲੱਖ ਰੁਪਏ ਸਾਡੀ ਕਲੋਨੀ ਨੂੰ ਆਇਆ, ਬਹੁਤ ਵਧੀਆ ਗੱਲ ਹੈ। ਪਰ ਇਹ ਦੇਖੋ ਜਿਹੜਾ ਸੀਵਰ ਪਏ ਅੱਜ ਤੱਕ ਕਿਸੇ ਨੇ ਨਹੀਂ ਪਏ, ਉਦੋਂ ਲੋਕ ਇਹ ਕਰਕੇ ਨਹੀਂ ਬੋਲੇ ਵੀ ਯਾਰ ਆਪਣੀ ਕਲੋਨੀ 'ਚ ਪਹਿਲੀ ਵਾਰ ਸੀਵਰ ਪੈ ਰਿਹਾ, ਪਰ ਅਸਲੀਅਤ ਇਹ ਹੈ ਕਿ ਲੈਵਲ ਕਿਤੇ ਸਹੀ ਨਹੀਂ ਹੈ। ਤੁਸੀਂ ਗਲੀਆਂ ਮਾਪ ਕੇ ਦੇਖੋ, ਕਿਤੇ 6 ਇੰਚ ਨੀਵੀਂ ਹੈ, ਕਿਤੇ 6 ਇੰਚ ਉੱਚੀ ਹੈ, ਤੇ ਪਾਣੀ ਕਿੱਧਰ ਜਾਊਗਾ? ਉਹ ਕਿਹਦੀ ਜ਼ਿੰਮੇਵਾਰੀ ਹੈ? ਇਹ ਤਾਂ ਜਿਹਨੇ ਬਣਾਇਆ ਉਹਦੀ ਜ਼ਿੰਮੇਵਾਰੀ ਹੈ, ਨਾ ਕਿ ਮੌਜੂਦਾ ਦੀ। ਜਿਹਨੇ ਬਣਾਇਆ ਜੇ ਮੈਂ ਬਣਾਇਆ ਮੇਰੀ ਜ਼ਿੰਮੇਵਾਰੀ ਹੈ, ਤੁਸੀਂ ਬਣਾਇਆ ਤੁਹਾਡੀ ਜ਼ਿੰਮੇਵਾਰੀ ਹੈ। ਤੁਸੀਂ ਕਹਿੰਦੇ ਪਿਛਲੀ ਸਰਕਾਰ ਜਿਹਨੇ ਬਣਾਏ ਉਹਨਾਂ ਦੀ ਰਿਸਪੋਂਸੀਬਿਲਟੀ ਹੈ, ਉਹਦੇ RTI ਲੱਗੀ ਜਾਵੇ ਤੇ ਪਤਾ ਲੱਗ ਜੂ ਵੀ ਕੀ ਕਾਰਨ, ਕੀ ਕੰਮ ਹੈ, ਕੀ ਹੋਇਆ ਕੀ ਨਹੀਂ। ਇਹਨਾਂ ਨੇ ਬਹੁਤ ਵਧੀਆ ਕੰਮ ਕੀਤਾ, ਸੀਵਰ ਪਏ ਆ, ਹਰੇਕ ਆਦਮੀ ਇਹ ਕਰਕੇ ਨਹੀਂ ਬੋਲਿਆ ਕਿਉਂਕਿ ਇੱਥੇ ਕੋਈ ਪਾਣੀ ਦੀ ਨਿਕਾਸੀ ਨਹੀਂ ਹੈ, ਸੋਚਿਆ ਗਲੀਆਂ ਨਹੀਂ ਬਣਦੀਆਂ ਸੀ, ਐਡੂ ਚੰਗਾ ਕਿ ਸੀਵਰ ਬਣ ਰਹੇ ਆ, ਐਡੂ ਚੰਗਾ ਕੀ ਸੋਚਦਾ, ਪਰ ਉਹ ਸਹੀ ਨਹੀਂ ਬਣਿਆ ਪ੍ਰੋਪਰ। ਇਹਨਾਂ ਦਾ ਹੈਡਕ ਸੀ ਕਿ ਉੱਤੇ ਬੰਦਾ ਪ੍ਰੋਪਰ ਹੀ ਇੰਨਾ ਖੜਾ ਹੋ ਕੇ ਕੰਮ ਕਰਾਵੇ, ਇਹਨਾਂ ਨੂੰ ਕੋਈ ਕੰਮ ਤੱਕ ਮਤਲਬ ਨਹੀਂ ਸੀ, ਕੰਮ ਹੋਈ ਜਾਂਦਾ ਸੀ, ਠੇਕੇਦਾਰ ਆ ਕੇ ਕਰੀ ਜਾਂਦਾ ਸੀ, ਠੇਕੇਦਾਰ ਨੂੰ ਪੈਸੇ ਮਿਲ ਗਏ, ਗੱਲ ਖਤਮ। ਲੇਕਿਨ ਜੇ ਪ੍ਰੋਪਰ ਹੀ ਇਹਦਾ ਪਈਆਂ ਹੁੰਦੀਆਂ, ਇਹ ਪਾਣੀ ਦੀ ਨਿਕਾਸ ਉਹਦੀ ਪ੍ਰੋਬਲਮ ਨਹੀਂ ਆਉਂਦੀ ਸੀ। ਸਭ ਤੋਂ ਵੱਡੀ ਸਮੱਸਿਆ ਇਸ ਪੰਚਾਇਤ ਦੀ ਇਹ ਹੈ ਕਿ ਇਸ ਕੋਲ ਪੰਚਾਇਤ ਕੋਲ ਇਨਕਮ ਆਫ ਸੋਰਸਿਸ ਨਹੀਂ ਹੈ, ਜਿਵੇਂ ਸਰਕਾਰੀ ਸ਼ਾਮ ਲਾਟ ਜਾਂ ਜੋ ਵੀ ਹੈ, ਜੋ ਵੀ ਇੱਥੇ ਪੈਸੇ ਪਹਿਲਾਂ ਵਾਲੇ ਵੀ ਇਕੱਠੇ ਕਰਦੇ ਸੀ, ਹੁਣ ਵੀ ਇਕੱਠੇ ਕਰਦੇ ਆ। ਜੇ 500 ਘਰ ਆ ਉਹਦੇ ਵਿੱਚੋਂ 400 ਜਾਂ 500 ਘਰ, ਮਤਲਬ ਉਹਦੇ ਵਿੱਚੋਂ 50% ਲੋਕ ਪੈਸੇ ਨਹੀਂ ਦਿੰਦੇ, ਕਹਿ ਦਿੰਦੇ ਜੀ ਅਸੀਂ ਗਰੀਬ ਹੈ ਅਸੀਂ ਨਹੀਂ ਦੇ ਸਕਦੇ। ਕਿ ਉਹਨਾਂ ਨੂੰ ਮੈਂ ਪੁੱਛਣਾ ਚਾਹੁੰਦਾ ਜੇ ਉਹ ਗਰੀਬ ਹੈ ਕਿ ਉਹਨਾਂ ਦਾ ਗੰਦ ਕਿਤੇ ਹੋਰ ਜਾ ਰਿਹਾ? ਜੇ ਇੱਕ ਬੰਦਾ ਪੈਸੇ ਦੇ ਰਿਹਾ ਤਾਂ ਉਦੋਂ ਸਭ ਦਾ ਪੈਸੇ ਦੇਣ ਦਾ ਹੱਕ ਬਣਦਾ। ਪਹਿਲਾਂ ਜੋ ਇਹਨਾਂ ਦੀ ਸੀ, ਸਾਡੇ ਬੰਦੇ ਕਹਿੰਦੇ ਸੀ ਨਹੀਂ ਪੰਚਾਇਤ ਵੀ ਪੈਸੇ ਨਹੀਂ ਦੇਣੇ, ਹੁਣ ਇਹ ਕਹਿੰਦੇ ਪਏ ਕਿਉਂਕਿ ਇੱਥੇ ਖਿੱਚਵਾਜੀ ਹੈ ਜੀ, ਕੋਈ ਕਿਸੇ ਦਾ ਕਲੋਨੀ ਤੱਕ ਕਿਸੇ ਨੂੰ ਕੋਈ ਤਾਲੁਕਾਤ ਨਹੀਂ ਹੈ। ਜਿਹੜਾ 10 ਲੱਖ ਰੁਪਇਆ ਲੱਗਿਆ ਸੀ, ਪਰ ਤੁਹਾਨੂੰ ਲੱਗਦਾ ਸੀ ਕਿਸੇ ਕੰਮ ਅਰਥ ਲੱਗਿਆ? 10 ਕਰੋੜ ਜੀ ਲੱਗੇ, 10 ਕਰੋੜ। ਦੇਖੋ ਜੀ, ਅਸੀਂ ਤਾਂ ਉਹਦਾ ਹਿਸਾਬ ਲਿੱਤਾ ਨਾ ਅਸੀਂ ਲਈਏ, ਠੀਕ ਹੈ ਜੀ। ਇਹ ਤਾਂ ਇੰਨਾ ਦਿਲ ਦੀਨ ਮਾਨ ਜਾਂਦਾ, 10 ਕਰੋੜ ਲੱਗਿਆ, 5 ਕਰੋੜ ਲੱਗਿਆ ਜਾਂ 9 ਕਰੋੜ ਲੱਗਿਆ, ਪਰ ਅਸੀਂ ਕਹਿੰਦੇ 10 ਕਰੋੜ ਜੇ ਸਾਡੀ ਕਲੋਨੀ 'ਚ ਪੈ ਗਿਆ ਤਾਂ ਬਹੁਤ ਵਧੀਆ ਕੰਮ ਹੋ ਗਿਆ। ਨਹੀਂ ਨਹੀਂ ਸੋਰੀ, ਮੈਂ 10 ਕਰੋੜ ਜਿਹੜਾ ਮੈਂ ਬੋਲ ਰਿਹਾ, 10 ਕਰੋੜ ਤੁਹਾਨੂੰ ਲੱਗਦਾ ਵੀ ਕਿਸੇ ਕੰਮ ਅਰਥ ਲੱਗਿਆ ਜਾਂ ਨਹੀਂ ਲੱਗਿਆ, ਇਹ ਤਾਂ ਦੱਸੋ ਸਾਨੂੰ। ਇੱਕ ਆਰਚੀਟੈਕਟ ਦਾ ਦੱਸ ਸਕਦਾ, ਅਸੀਂ ਤਾਂ ਆਮ ਵਰਕਰ ਹਾਂ, ਸਾਨੂੰ ਤਾਂ ਇਸ ਬਾਰੇ ਕੋਈ ਪਤਾ ਨਹੀਂ। ਪਰ ਜੇ ਤੁਸੀਂ ਲੇਬਲ ਦਾ ਐਲੀਗੇਸ਼ਨ ਲਾਉਂਦੇ ਫਿਰ ਤੁਸੀਂ ਇਹ ਵੀ ਐਲੀਗੇਸ਼ਨ ਤੁਸੀਂ ਦੱਸੋ ਨਾ ਵੀ ਇਹਦੇ ਬਾਰੇ ਵੀ ਕਿਸੇ ਕੰਮ ਅਰਥ ਲੱਗਿਆ ਜਾਂ ਨਹੀਂ ਲੱਗਿਆ। ਲੇਬਲ ਤਾਂ ਇਹ ਦੱਸੋ ਜੀ, ਲੇਬਲ ਦੀ ਗੱਲ ਤਾਂ ਚਲੋ ਤੁਸੀਂ ਇੱਕ ਉਹ ਕਹਿੰਦਾ ਸਿੰਪਲ ਮਿਸਤਰੀ ਨੂੰ ਬੁਲਾ ਲਓ ਅਤੇ ਉਹ ਤੁਸੀਂ
ਜਿੱਥੇ ਉਹ ਖਤਮ ਹੋਊਗਾ ਕਹਿਣ ਦਾ ਮਤਲਬ ਕੀ ਕਹਿੰਦੇ ਆ ਉਹ ਪਾਣੀ ਕਿੱਥੇ ਲੈ ਕੇ ਜਾਵੇ, ਨਾ ਕੋਈ ਖੇਤ ਵਾਲਾ ਲੈਣ ਨੂੰ ਤਿਆਰ ਆ, ਨਾ ਕੋਈ ਕੀ ਤੁਸੀਂ ਉਸ ਟਾਈਮ ਤੁਸੀਂ ਜਦੋਂ ਪੈਸੇ ਲਾਏ ਆ ਤੁਸੀਂ ਪ੍ਰੋਪਰ ਲੇਵਲ ਕਿਉਂ ਨਹੀਂ ਕਰਾਇਆ ਗਾ? ਜੇ ਲੇਵਲ ਕਰਾਇਆ ਤਾਂ ਪਾਣੀ ਨਾ ਖੜਦਾ। ਤੋਂ ਪਹਿਲਾਂ ਭਾਈ ਸਾਹਿਬ ਨੇ ਕਿਹਾ ਸੀ ਆਰ ਟੀ ਆਈ ਹੋਵੇ, ਸਾਡੇ ਤਾਂ 3 ਵਾਰੀ ਆਰ ਟੀ ਆਈ ਪਵਾਈ ਜੀ, ਉਹ ਆਰ ਟੀ ਆਈ ਦੇ ਵਿੱਚ ਇਹਨਾਂ ਨੂੰ ਕੁਛ ਨਹੀਂ ਮਿਲਿਆ, ਸਭ ਕੁਛ ਸਰਕਾਰ ਨੇ ਕਿਹਾ ਜਿਵੇਂ ਇੰਜੀਨੀਅਰ ਨਾਲ ਹੋਇਆ ਉਵੇਂ ਹੋਇਆ ਵੈ। ਹਾਂ ਜਿਹੜੀ ਭਾਈ ਸਾਹਿਬ ਗੱਲ ਕਰ ਰਹੇ ਵੀ ਪਾਣੀ ਨਿਕਾਸੀ ਹੈ, ਇਹ ਇੱਥੇ ਹੀ ਸੀਵਰ ਸਾਫ਼ ਕਰ ਰਹੇ ਹੈ, ਲਾਈਨ ਤੋਂ ਪਰਲੇ ਪਾਸੇ ਇੰਨੀ ਕਲੋਨੀ ਹੋਰ ਹੈ ਜੀ, ਉਹਦੇ ਵਾਸਤੇ ਇੱਕ ਫੈਕਟਰੀ ਬਣੀ ਹੋਈ ਹੈ, ਉੱਥੇ ਪਾਣੀ ਕੱਢੀ ਜਾ ਰਿਹਾ ਜਿੱਥੇ ਦਾ ਬੂਸਟਿੰਗ ਸਿਸਟਮ ਬਣਿਆ। ਇਹਨਾਂ ਨੇ ਸਰਕਾਰ ਕੋਲ ਉਹਦਾ ਕੋਈ ਮੁੱਦਾ ਨਹੀਂ ਉਠਾਇਆ ਜਿੱਥੋਂ ਪਾਣੀ ਚੱਕ ਕੇ ਬਾਹਰ ਰੱਖਣਾ, ਇਹ ਸਿਰਫ ਇੱਕ ਸਾਡੇ ਇਹ ਕਰ ਰਹੇ ਆ ਵੀ ਹਾਂ ਇਹਨਾਂ ਨੇ ਯਾਨੀ ਕਿ ਪਾਰਟੀਬਾਜ਼ੀ ਤੌਰ 'ਤੇ। ਭਾਈਚਾਰਕ ਤੌਰ 'ਤੇ ਅਸੀਂ ਨਾਲ ਵੀ ਚੱਲਾਂਗੇ ਅਤੇ ਇਹਨਾਂ ਨਾਲ ਖੜ੍ਹੇ ਵੀ ਹੈ ਭਾਈਚਾਰਕ 'ਤੇ, ਕੋਈ ਪਾਰਟੀ ਤੌਰ 'ਤੇ ਨਹੀਂ ਚੱਲਾਂਗੇ, ਨਾ ਅਸੀਂ ਪਾਰਟੀ ਤੌਰ 'ਤੇ ਕੋਈ ਕੰਮ ਹੈ ਸਾਡੇ ਨਾਲ ਕਿਸੇ ਨੇ ਵਰਕਰ ਨਾਲ ਅਤੇ ਨਾ ਹੀ ਅਸੀਂ ਕਰ ਰਹੇ ਹਾਂ। ਇਹਨਾਂ ਨੇ ਸਾਡੇ ਸਰਪੰਚ ਸਾਹਿਬ ਦੇ ਇੱਕ ਨਹੀਂ, ਇਹ ਤਾਂ ਕਹਿੰਦੇ ਵੀ ਇੱਕ ਵਾਰੀ ਸਿੰਘੇ ਵਾਲੇ ਪਿੰਡ ਤੋਂ ਵੀ ਇਹਨਾਂ ਨੇ ਸਾਡੇ 'ਤੇ ਆਰ ਟੀ ਆਈ ਪਵਾਈ, ਲੰਬੀ ਤੋਂ ਵੀ ਪਵਾਈ ਅਤੇ 3-4 ਇੱਥੋਂ ਪਵਾਈਆਂ, ਠੀਕ ਹੈ ਜੀ। ਇਹ ਤਾਂ ਕਿਉਂ ਕਹਿੰਦੇ ਵੀ ਜਦੋਂ ਕਿਸੇ ਦਾ ਕੋਈ ਨਾਮ ਬਣ ਜਾਏ, ਜਿਵੇਂ ਹੁਣ ਸਾਡੇ ਭਾਈ ਸਾਹਿਬ ਕਹਿ ਰਹੇ ਆ ਬਹੁਤ ਹੀ ਸੂਝਵਾਨ ਬੰਦੇ ਆ ਸਾਡੇ ਭਰਾ ਹੈ, ਇਹਨਾਂ ਨੇ ਪੁੱਛੋ ਜਿਹੜਾ ਜਦੋਂ ਵਿਕਾਸ ਹੁੰਦਾ ਸੀ ਤਾਂ ਵਿਕਾਸ ਹੋਇਆ, ਇਹ ਕਹਿੰਦੇ ਵੀ ਹਾਂ ਵਿਕਾਸ ਹੋਇਆ, ਵੀ ਸਾਡੇ ਇੱਥੇ ਰਕਸ਼ਾ ਨਹੀਂ ਜਾਂਦਾ ਸੀਗਾ ਜੀ। ਜਿਵੇਂ ਹੁਣ ਸਾਡੇ ਭਾਈ ਸਾਹਿਬ ਕਹੇ ਸੀ ਆਹ ਗਲੀ ਬਣਾਈ, ਆਹ ਦੇਖੋ ਜਿਹੜੀ ਗਲੀ ਹੈ ਜਿਹਦੀ ਗੱਲ ਕਰ ਰਹੇ ਆ, ਆਹ ਉਹੀ ਗਲੀ ਹੈ, ਦਿਖਾਓ ਮਾੜਾ ਜਿਹਾ ਵੀ ਕਿੱਥੇ ਇਹਨਾਂ ਨੇ ਇੱਟਾਂ ਲਵਾਈਆਂ, ਕੀ ਕੀਤਾ ਜੀ। ਸੋ ਇੱਕ ਪਾਸੇ ਅਕਾਲੀ ਸਰਕਾਰ ਆ, ਦੂਸਰੇ ਪਾਸੇ ਕਾਂਗਰਸ ਆ, ਅਸੀਂ ਆਮ ਲੋਕਾਂ ਨੂੰ ਪੁੱਛਾਂਗੇ ਕਿ ਉਹਨਾਂ ਦਾ ਇਹਦੇ ਵਿੱਚ ਕੀ ਕਸੂਰ ਆ, ਕੀ ਕਹਿਣਾ ਚਾਹੁੰਦੇ, ਸਾਡੇ ਨਾਲ ਲੇਡੀਜ਼ ਜੁੜੇ ਆ, ਕੀ ਲੱਗਦਾ ਤੁਹਾਨੂੰ ਕਿਸ ਤਰ੍ਹਾਂ ਦੀ ਦਿੱਕਤਾਂ ਆ ਰਹੀਆਂ ਇੱਥੇ ਜੀ, ਕਿਸ ਤਰ੍ਹਾਂ ਦੀਆਂ ਦਿੱਕਤਾਂ ਆ ਰਹੀਆਂ ਤੁਹਾਨੂੰ? ਸੰਦ ਪਾਣੀ ਕੱਢਣਾ ਬੜਾ ਹੀ ਮੁਸ਼ਕਲ ਲੱਗਦਾ ਹੈਗਾ, ਸੀਵਰਾਂ ਦਾ ਗੰਦਾ ਪਾਣੀ ਸਾਰੇ ਘਰਾਂ 'ਚ ਆਉਂਦਾ ਹੈ। ਦੋਨੇ ਸਰਕਾਰਾਂ ਇੱਕ ਦੂਜੇ 'ਤੇ ਐਲੀਗੇਸ਼ਨ ਲਾਉਂਦੀਆਂ ਪਈਆਂ, ਤੁਸੀਂ ਵੋਟ ਪਾਈ ਆ, ਤੁਹਾਡਾ ਕੋਈ ਕਸੂਰ ਨਹੀਂ, ਤੁਹਾਨੂੰ ਤਾਂ ਸਿਰਫ ਵਿਕਾਸ ਹੋਣ ਦਾ ਹੀ ਮਤਲਬ ਲੈਣਾ ਵੀ ਵਿਕਾਸ ਹੋ ਜਾਵੇ, ਪਾਣੀ ਨਾ ਖੜੇ, ਸਾਫ਼ ਸਫਾਈ ਆ ਰਹੇ, ਪਰ ਕਿਤੇ ਨਾ ਕਿਤੇ ਤੁਹਾਨੂੰ ਤਾਂ ਕਿਸੇ ਮਤਲਬ ਨਹੀਂ, ਨਾ ਕਾਂਗਰਸ ਨਾਲ ਮਤਲਬ, ਨਾ ਅਕਾਲੀ ਨਾਲ ਮਤਲਬ ਹੈ, ਤੁਹਾਨੂੰ ਤਾਂ ਮਤਲਬ ਸਾਫ਼ ਸਫਾਈ ਨਾਲ ਹੈ। ਤੁਸੀਂ ਵੋਟ ਪਾ ਕੇ ਹਜੇ ਵੀ ਦੁਖੀ ਹੋ, ਕੀ ਕਹਿਣਾ ਚਾਹੁੰਦੇ ਤੁਸੀਂ? ਅਸੀਂ ਤਾਂ ਦੁਖੀ ਆ, ਪਾਣੀ ਨਿਕਲਦਾ ਬਸ ਐਸ ਕਰ ਲਈ ਦੁਖੀ ਹਾਂ ਅਸੀਂ, ਹੋਰ ਕਾਸੇ ਦਿਨ ਦੁਖੀ। ਅਤੇ ਤੁਸੀਂ ਕਿੰਨੇ ਪੈਸੇ ਦਿੰਦੇ ਜੋ ਮੰਥਲੀ ਇਕੱਠੇ ਕੀਤੇ ਜਾਂਦੇ, ਕਿੰਨੇ ਪੈਸੇ ਦਿੰਦੇ? ਅਸੀਂ ਤਾਂ ਮਹੀਨੇ ਦਾ ਇਹ ਵਾਰੀ 150 ਰੁਪਇਆ ਦਿੰਦੇ ਹਾਂ। ਅਤੇ 150 ਰੁਪਏ ਤੁਸੀਂ ਦਿੰਦੇ ਹੋ, ਲੱਗਦਾ ਤੁਹਾਨੂੰ ਕੋਈ ਕੰਮ ਅਰਥ ਆਉਂਦਾ ਕਿਸੇ? ਸਾਨੂੰ ਤਾਂ ਕੋਈ ਨਹੀਂ, ਕੋਈ ਕਾਸੇ ਦੀ ਸਹੂਲਤ ਨਹੀਂ ਮਿਲਦੀ, ਨਾ ਕੁਛ ਵੀ ਨਹੀਂ ਮਿਲਦਾ ਗਾ, ਨਾ ਕਿਤੇ ਸੀਵਰਾਂ ਦਾ ਸਹੂਲਤ ਹੈ, ਮਤਲਬ ਕੱਢਣ ਵਾਲੇ ਹੁੰਦੇ ਨਾ ਕੁਛ। ਇਹ ਜਿਹੜਾ ਕੀ ਕਰਦੇ ਆ ਪੈਸਿਆਂ ਦਾ ਪਤਾ ਨਹੀਂ। ਹਾਂਜੀ, ਪਰ ਇਸ ਜਿਹੜਾ ਇਹ ਮਸਲਾ ਪਾਣੀ ਦਾ ਜਾਂ ਗੰਦਗੀ ਦਾ ਕਿੰਨੇ ਕੁ ਚਿਰ ਦਾ ਹੈਗਾ? ਇਹ ਵਾਹਵਾ ਚਿਰ ਹੋ ਗਿਆ ਜੀ, ਹੋ ਗਿਆ 2-3 ਸਾਲ, ਪਹਿਲਾਂ ਵਧੀਆ ਨਿਕਲਦਾ ਸੀ ਪਾਣੀ। ਤੁਸੀਂ ਕੀ ਦੱਸਦੇ ਹੋ ਕਿ ਤੁਹਾਨੂੰ ਵੀ ਦਿੱਕਤ ਆਉਂਦੀ ਹੈ, ਤੁਸੀਂ ਵੋਟ ਪਾਈ ਹੈ, ਤੁਹਾਡਾ ਕੋਈ ਕਸੂਰ ਨਹੀਂ, ਤੁਸੀਂ ਵੋਟ ਪਾਤੇ ਹੀ ਆ ਜੀ? ਕਾਂਗਰਸ ਨੂੰ ਵੋਟ ਪਾਈ ਦੀਏ ਤਾਂ ਉਹ ਕਹਿ ਦਿੰਦੇ ਅਕਾਲੀਆਂ ਨੂੰ ਪਾਈ ਆ, ਅਕਾਲੀਆਂ ਤੋਂ ਕੰਮ ਕਰਾਓ, ਜੇ ਅਕਾਲੀਆਂ ਨੂੰ ਪਾਉਂਦੇ ਤਾਂ ਕਹਿ ਦਿੰਦੇ ਕਾਂਗਰਸ ਨੂੰ ਕਰਾਈ ਹੈ, ਹੈ ਅਤੇ ਪਹਿਲਾਂ ਤਾਂ ਵਧੀਆ ਚੱਲਦੇ ਹੀ ਸੀ, ਜੱਸਾ ਵੀਰ ਜੀ ਦਾ ਹਜੇ ਕਰਾਉਂਦੇ ਹੀ ਸੀਗਾ ਸਾਫ਼ ਸਫਾਈ, ਹੁਣ ਤਾਂ ਜਮਾਂ ਗੰਦ ਹੈ ਬਿਲਕੁਲ, ਪੀਣ ਵਾਲਾ ਪਾਣੀ। ਜੱਸਾ ਕੌਣ ਹੈ ਜੀ? ਜੱਸਾ ਕੌਣ? ਜੱਸਾ ਸਰਪੰਚ, ਉਹ ਤਾਂ ਕਰਾਉਂਦੇ ਹੀ ਸੀ ਹਜੇ ਮਾੜਾ ਮੋਟਾ। ਸਾਬਕਾ ਸਰਪੰਚ ਦੀ ਗੱਲ ਕਰ? ਹਾਂਜੀ, ਅਤੇ ਹੁਣ ਕਿੰਨਾ ਲੈਂਦੇ ਜਮਾਂ ਹੀ ਨਹੀਂ ਵਿਕਾਸ, 150 ਰੁਪਇਆ ਆਏ ਮਹੀਨੇ ਲੈ ਕੇ ਜਾਂਦੇ ਆ, ਅਤੇ ਕਹਿ ਦਿੰਦੇ ਕੋਈ ਨਹੀਂ ਕਰਾਵਾਂਗੇ, ਸਾਡੇ ਤਾਂ ਬੱਚੇ ਸਕੂਲ ਜਾਣ ਨੂੰ ਵੀ ਕਈ ਵਾਰੀ ਰਹਿ ਜਾਂਦੇ ਆ। ਪੀਣ ਵਾਲਾ ਪਾਣੀ ਸਾਨੂੰ ਘੱਟੋ ਘੱਟ 5-6 ਸਾਲ ਹੋ ਗਏ ਗੰਦਾ ਪੀਂਦਿਆਂ ਨੂੰ, ਤੁਹਾਨੂੰ ਨਲਕਾ ਗੇੜ ਕੇ ਵੀ ਦਿਖਾ ਦਿੰਦੇ ਹਾਂ ਜੇ ਨਹੀਂ ਤਸੱਲੀ ਹੁੰਦੀ ਤਾਂ। ਕੇਜਰੀਵਾਲ ਆਏ ਸੀਗੇ ਪਹਿਲਾਂ, ਉਹਨਾਂ ਨੂੰ ਵੀ ਮੈਂ ਗੇੜ ਕੇ ਨਲਕਾ ਦਿਖਾਇਆ, ਮੈਂ ਕਿਹਾ ਦੇਖੋ ਜਮਾਂ ਲੁੱਕ ਵਰਗਾ ਪਾਣੀ ਪੀਂਦੇ ਹਾਂ ਅਸੀਂ ਗੰਦਾ, ਆਹ ਸਾਡੇ ਤਾਂ ਬਿਮਾਰੀਆਂ ਹੋਰ ਲੱਗੀਆਂ ਪਈਆਂ ਦੇਖੋ ਗੰਦੇ ਨਾਲ, ਤੁਹਾਡੇ ਨਾਲ ਹਰਿਆਣਾ ਲੱਗਦਾ ਜੋ ਅਸੀਂ ਪਾਣੀ ਪੀਣ ਨੂੰ ਲੈ ਕੇ ਆਉਂਦੇ ਹਾਂ। ਪੀਣ ਵਾਲੇ ਪਾਣੀ ਦੀ ਸਾਨੂੰ ਸਭ ਤੋਂ ਜ਼ਿਆਦਾ ਸਮੱਸਿਆ ਹੈ ਵੀ ਪੀਣ ਵਾਲਾ ਪਾਣੀ ਨਹੀਂ ਸਾਨੂੰ ਮਿਲਦਾ ਵਾਟਰਵਰਕਸ ਦਾ। ਪਿਛਲੀ ਸਰਕਾਰ ਵੀ ਮਿਲਦਾ ਸੀ, ਉਹ ਤਾਂ ਫਿਰ ਸੇਮ ਹੀ ਹੋਣਾ ਗੱਲ, ਉਦੋਂ ਤਾਂ ਪੈਪਾਂ ਪਹਿਲਾਂ ਪਾਈਆਂ ਸੀਗੀਆਂ ਉਦੋਂ ਸਹੀ ਸੀ, ਜਦੋਂ ਦੁਬਾਰੇ ਸਿਵਰ ਪਾਏ ਆ ਉਦੋਂ ਬਾਅਦ ਗੰਦਾ ਆਉਣ ਲੱਗ ਗਿਆ। ਸੋ ਅਸੀਂ ਹੋਰ ਵੀ ਆਮ ਲੋਕਾਂ ਨਾਲ ਗੱਲ ਕਰਾਂਗੇ, ਸਾਨੂੰ ਕੀ ਕਹਿੰਦੇ ਆ ਸਰ, ਤੁਹਾਨੂੰ ਕੀ ਲੱਗਦਾ ਇਸ ਮਸਲੇ ਨੂੰ ਲੈ ਕੇ ਕਿਹਦਾ ਕਸੂਰ ਆ ਜਿਹੜਾ ਇੱਥੇ ਗੰਦਗੀ ਫੈਲੀ ਹੋਈ ਹੈ, ਪਾਣੀ ਖੜਾ? ਇਹ ਤਾਂ ਭਾਈ ਸਾਹਿਬ ਗੱਲ ਹੈ, ਇਸ ਤਰ੍ਹਾਂ ਤਾਂ ਹੀ ਐਨ ਹੈ ਕਿ ਸਫਾਈ ਹੋਣੀ ਚਾਹੀਦੀ ਹੈ, ਕੋਈ ਪਾਰਟੀ ਹੋਈ ਕੋਈ ਹੋਵੇ, ਅਸੀਂ ਵੋਟਾਂ ਪਾਈਆਂ, ਠੀਕ ਹੈ, 150 ਰੁਪਏ ਮਹੀਨਾ ਦਿੰਦੇ ਹਾਂ, ਪਾਣੀ ਸਫਾਈ ਤਾਂ ਹੋਣੀ ਚਾਹੀਦੀ ਘੱਟ ਤੋਂ ਘੱਟ, ਪਾਣੀ ਪੀਣ ਵਾਲਾ ਤਾਂ ਹੋਣਾ ਚਾਹੀਦਾ, ਸਾਨੂੰ ਹੀ ਚਾਹੀਦਾ, ਹੋਰ ਕੋਈ ਸਾਨੂੰ ਮਸਲਾ ਨਹੀਂ। 150 ਰੁਪਏ ਮਹੀਨਾ ਦੇ ਕੇ ਵੀ ਜਦੋਂ ਵਿਕਾਸ ਨਹੀਂ ਹੁੰਦਾ ਜਾਂ ਪਾਣੀ ਉੱਥੋਂ ਨਹੀਂ ਨਿਕਲਦਾ, ਫਿਰ ਤੁਸੀਂ ਪੈਸੇ ਕਿਉਂ ਦਿੰਦੇ ਹੋ? ਉਹ ਤਾਂ ਭਾਈ ਸਾਹਿਬ ਗੱਲ ਸੁਣੇ, ਸਾਰੇ ਦਈਆਂ ਸਾਨੂੰ ਦੇਣੇ ਪੈਂਦੇ ਆ, ਠੀਕ ਹੈ, ਜੋ ਜਾ ਜਾ ਖੜਦੇ ਆ ਉਦੋਂ ਕਢਾ ਵੀ ਦਿੰਦੇ ਆ ਪਾਣੀ, ਜੇ ਜਾ ਖੜਦੇ ਨਾ ਫਿਰ ਉਹਨਾਂ ਨੂੰ ਕਢਾਉਣਾ ਪੈਂਦਾ ਪਾਣੀ, ਬਸ ਇਹੀ ਚੱਕਰ, ਹੋਰ ਕੋਈ ਸਾਨੂੰ ਕੋਈ ਮਸਲਾ ਨਹੀਂ, ਸਾਡਾ ਪਾਣੀ ਦਾ ਅਤੇ ਪਾਣੀ ਪੀਣ ਵਾਲੇ ਦਾ ਮਸਲਾ ਹੋਣਾ ਚਾਹੀਦਾ ਬਸ। ਸੋ ਐਲੀਗੇਸ਼ਨ ਦੋਨਾਂ ਪਾਰਟੀਆਂ ਵੱਲੋਂ ਇੱਕ ਦੂਜੇ 'ਤੇ ਲਗਾਇਆ ਜਾਂਦਾ, ਇਹ ਗੰਦ
कि सानू सरकारां तां नहीं मतलब सानू जिहड़ा हैगा विकास होना चाहिए। साडे नाल इक युवा जुड़िया सी, उहनां नाल गलबात करदे आ कि सानू की दसना चाहुंदे आ। सर तुसीं पाणी दे विच निकल के आए आ, किन्नी कु दिक्कत आई तुहानू, की कहना चाहुंदे आ? मेरा कुछ नहीं कहना चाहता। कित्थों दे रहण वाले आ तुसीं? पास साइड ते मैं। कित्थे रहने हो दसो? उपर ते सही उधरों तां। कित्थे रहने हो? मैं सारा एरिया जानना, कित्थे रहने हो दसो तुसीं? अपने परली साइड, अपने तो सही है दोनों, अपने तो है नहीं पानी। सो दर्शकों दस दिए कुछ यहो जे लोग है जो बोलते नहीं गए, जो विकास नहीं होंगे गा, वो जो लोग बोलते नहीं इसे करके विकास नहीं होंगे गा। साढ़े होर भी इतने युवा जुड़े से, उन्होंने गलबात करते हैं, सानू की दसना चाहते हैं, तुहाडा घर कित्थे? मेरा चिक्कड़ दे बिल्कुल सामने घर ही है जी। की लगता तुहानू भी यह जो चिक्कड़ है घर दे किन्ने चिर दा? बस हफ्ते च एक दो बार हो ही जाता जी, चिक्कड़ खड़ा खड़ा ही रहा, पानी खड़ा ही रहा, निकलना कोई है नहीं टाइम मिलता जी। दसा जाता पंचायत वालों 150 रुपया लिया जाता, तुम भी दें? हाँ जी 150 रुपये दें जी। तो फिर वह कोई हल नहीं होंगे? कोई भी हल है ही नहीं, जो कहे बी इन्हों 150 रुपया असं नहीं देंगे, तो कह दें नहीं ये जरूरी है, सारे दिन तुम भी दो, बस यही जेकर पैसे लाए तो कोई पानी पुनी का कोई प्रॉब्लम नहीं हल हो रही। कांग्रेस सरकार वेले होया या अकाली सरकार वे भी आई सी? दोनों सरकारों वाले आई हाल है जी, इन्हें शुरू तो ही यह हाल है। की लगता थोड़ा भी अकाली कांग्रेस सरकार जी है वधिया नहीं कर रही, कि सरकार वधिया कर सकती है? ये तो जनता ही वधिया कर सकती है, चाहे तो जी सरकार हाथ वास है नहीं, जनता सारे लोग कट्ठे होकर करन फिर ही हो सकता जी, जो तो लोग ही चुप करके खड़े जी फिर की कोई की कर सकता जी। जी ना ये सीवरेज बंद होने का मेन कारण एक भी हो सकता है कि साढ़े ना इतने एक चिप्स की फैक्ट्री है जी, कि रियासे इलाके कोई भी इंडस्ट्री नहीं हो सकती, जिहड़ा कूड़ा करकट जिवें अपने आलूआं दी चौ छिलके वगैरह होंदे ना वो सिटदे है, पहला वाला सरपंच भी सी ते हुण वाला भी सीगा, पता नहीं इन्हां दे आपस उन्होंने की सैटिंग है, उन्हूं बंद जिन्ना जेकर वह बंद नहीं हुंदा ना 50% चांस है कि साडे सीवर नहीं चल सकते, जे साडी गवर्नमेंट थोड़ी बहुत सुनूगी जे उन्हूं पहला सब तो पहला उन्हूं बंद कराउण, क्योंकि उत्थे मेरे ख्याल 40-35-40 तां वर्कर है, कोई लेडीज है, हो सकता 100 वर्कर भी होण, वो सारा गंद पंद सारा वो सीवर च जांदा, जे सीवर बन जांदा तां जाम हो जांदा है, ते अगे साडे निकासी है नहीं। दूजी गल इह है कि क्योंकि उत्थे जिहड़े पैसे पूसे होंदे इत्थे ना ही तो गवर्नमेंट देवे ना ही इत्थे जिहड़े 150 इकट्ठा करदे जां 500 है जो भी करदे आ उहदे विच भी इन्हां नूं जिहड़ी इत्थे लेबर रखी आ उहनूं देने पैंदे आ, बाकी उत्थे बिजली दे बिल भी साडे पेंडिंग पई आ, उत्थे मोटरां भी है नहीं जिहड़ियां पानी खिंचणगियां कित्थों। ਕਹਿੰਦਾ ਵੀ ਸਰਪੰਚ ਸਾਹਿਬ ਕੀ ਲੱਗਦਾ ਤੁਸੀਂ ਫੈਕਟਰੀ ਨਾਲ ਤੁਹਾਡੀ ਕੀ ਸੈਟਿੰਗ ਆ ਜਿਹੜੇ ਤੁਸੀਂ ਫੈਕਟਰੀ ਨਹੀਂ ਬੰਦ ਕਰਵਾਈ? ਅਸੀਂ ਅੱਜ ਤੱਕ ਨਾ ਤਾਂ ਕੋਈ ਸੈਟਿੰਗ ਕੀਤੀ ਹੈ ਜੀ, 10 ਸਾਲ ਰਹੇ ਹਾਂ ਅਤੇ ਨਾ ਕਰਨੀ ਹੈ, ਅਸੀਂ ਪਿੰਡ ਦਾ ਵਿਕਾਸ ਕਰਾਇਆ ਅਤੇ ਵਿਕਾਸ ਗਾਹਣੋ ਵੀ ਜੇ ਪਰਮਾਤਮਾ ਨੇ ਚਾਹਿਆ ਉਹ ਵੀ ਵਿਕਾਸ ਹੀ ਆ, ਜੇ ਤੁਸੀਂ ਫੈਕਟਰੀ ਬੰਦ ਕਰਵਾਉਂਦੇ ਉਹ ਇੱਕ ਵਿਕਾਸ ਦੇ ਵਿੱਚ ਇੱਕ ਇਹ ਉਹ ਵੀ ਪਹਿਲ ਹੈਗੀ ਆ, ਤੁਸੀਂ ਫੈਕਟਰੀ ਬੰਦ ਕਰਾਉਂਦੇ ਉਹਦਾ ਕਿਤੇ ਨਾ ਕਿਤੇ ਜਿਹੜਾ ਹੈਗਾ ਰਿਆਸੀ ਏਰੀਆ ਦੇ ਵਿੱਚ ਫੈਕਟਰੀ ਹੋਣੀ ਨਹੀਂ ਚਾਹੀਦੀ, ਔਰ ਸਿੱਧਾ ਤੁਹਾਡੇ 'ਤੇ ਐਲੀਗੇਸ਼ਨ ਲੱਗ ਰਿਹਾ ਦੋਨਾਂ ਦੇ, ਤੁਹਾਡੀ ਕੋਈ ਸੈਟਿੰਗ ਉਹਨਾਂ ਨਾਲ? ਸਾਡੀ ਇੱਕ ਗੱਲ ਭਾਈ ਸਾਹਿਬ ਇਹ ਹੈ ਵੀ ਇਹ ਭਾਈ ਸਾਹਿਬ ਉਹਨੇ ਅੱਜ ਹੀ ਜਾ ਕੇ ਤੁਹਾਡੇ ਵੀ ਪਤਾ ਲੱਗ ਗਿਆ ਟੀ ਵੀ ਵਾਲੇ ਆ ਕੇ ਬੋਲਤਾ, ਇਹਨਾਂ ਨੇ ਅਸੀਂ 10 ਸਾਲ ਸਰਪੰਚ ਰਹੇ, ਸਾਡੇ ਨੂੰ ਅੱਜ ਤੱਕ ਕੋਈ ਐਪਲੀਕੇਸ਼ਨ ਨਹੀਂ ਦਿੱਤੀ ਵੀ ਆਹ ਫੈਕਟਰੀ ਬੰਦ ਕਰਾਈ ਜਾਵੇ, ਨਾ ਇਹਨਾਂ ਨੇ ਹੁਣ ਵਾਲੇ ਸਰਪੰਚ ਸਾਹਿਬ ਨੂੰ ਕੋਈ ਦਿੱਤੀ ਹੋਵੇ, ਇਹਨਾਂ ਦਾ ਆਪਦਾ ਖਾਸ ਸਰਪੰਚ ਬਣਾਏ ਹੋਏ ਨੇ। ਚਲੋ ਪਹਿਲਾਂ ਤਾਂ ਨੇ ਕਿਹਾ ਤਾਂ ਕੋਈ ਕਾਲੀਆਂ ਦੇ, ਜਿਵੇਂ ਕਹਿੰਦੇ ਕੱਟੜ ਕਾਂਗਰਸੀ ਭਾਈ ਸਾਹਿਬ ਕਹਿੰਦੇ ਆ ਵੀ ਹੁਣ ਤਾਂ ਕਾਂਗਰਸ ਦੇ ਕੱਟੜ ਵਰਕਰ ਵੀ ਹੈ, ਸਰਕਾਰ ਵੀ ਹੈ, ਸਭ ਕੁਝ ਕਰਾ ਸਕਦੇ, ਠੀਕ ਹੈ, ਇਹ ਤਾਂ ਕਦੂਸ਼ਣ ਹੈ, ਜਿਹਦੇ ਮਰਜ਼ੀ ਲਾਈ ਚਲੋ। ਤੁਹਾਨੂੰ ਵੋਟਾਂ ਪਾ ਕੇ ਤੁਹਾਨੂੰ ਸਰਪੰਚ ਬਣਾਤਾ, ਉਦੋਂ ਬਾਅਦ ਜੇ ਜੇ ਕੋਈ ਉੱਥੋਂ ਦਾ ਵਿਕਾਸ ਕਰਨ ਵਾਲਾ ਉਹ ਤੁਹਾਨੂੰ ਅਲੱਗ ਐਪਲੀਕੇਸ਼ਨ ਦੇਣ, ਕੀ ਗੱਲ? ਜਿਵੇਂ ਹੁਣ ਤੁਸੀਂ ਇੱਕ ਚੀਜ਼ ਦੇਖੋ, ਉਹਨਾਂ ਨੇ ਦੱਸਿਆ ਵੀ ਸਾਨੂੰ ਇਸ ਤੋਂ ਤਕਲੀਫ ਹੈ, ਹਾਂਜੀ, ਠੀਕ ਹੈ, ਅਸੀਂ ਹੁਣ ਜਿਵੇਂ ਸੀਵਰ ਦੀ ਗੱਲ ਤੋਂ ਚੱਲੀ ਆਪਣੀ ਗੱਲ, ਆਮ ਪਬਲਿਕ ਦੀ ਤਕਲੀਫ ਹੈ ਜਿਹੜੀ ਹੈਗੀ ਉਹ ਜੇ ਪਬਲਿਕ ਨੇ ਤੁਹਾਨੂੰ ਐਪਲੀਕੇਸ਼ਨ ਨਹੀਂ ਦੇਣੀ, ਤੁਸੀਂ ਦੇਖਣੀ ਉਹਦੀ ਤਕਲੀਫ, ਭਾਈ ਸਾਹਿਬ ਨੇ ਪੁੱਛੋ ਇਹਨੇ ਦੱਸਿਆ ਕਿਤੇ ਹੈ, ਅੱਜ ਹੀ ਕਹੇ, ਪੁੱਛੋ ਇਹਨਾਂ ਨੂੰ ਜੀ, ਹਾਂਜੀ ਅੱਜ ਕਹੇ, ਠੀਕ ਹੈ, ਅਸੀਂ ਅੱਜ ਨਹੀਂ ਵੀ ਤੇ ਤਾਂ ਵੀ ਅਸੀਂ ਇਹ ਮੁੱਦਾ ਉਠਾਵਾਂਗੇ ਜੀ ਅੱਜ ਵੀ। ਨਹੀਂ ਪਰ ਗੱਲ ਤਾਂ ਉਹੀ ਆ ਨਾ, ਪਰ ਤੁਸੀਂ ਜਿਹੜਾ ਕਹਿੰਦੇ ਵੀ ਸਾਨੂੰ ਐਪਲੀਕੇਸ਼ਨ ਦੇਵੇ, ਨਹੀਂ ਜੀ ਇਹਨਾਂ ਨੇ ਮੈਂ ਕੋਈ ਕਿਸੇ ਨੂੰ ਅਪਲੀ ਹੁਣ ਦੱਸਿਆ ਨਹੀਂ ਗਾ ਜੀ, ਦੂਜੀ ਗੱਲ ਹੈ ਜੀ ਵੀ ਸਾਨੂੰ ਇਹਨਾਂ ਨੇ ਅੱਜ ਦੱਸਿਆ ਵੀ 13.5-14 ਸਾਲ ਹੋ ਗਏ ਜੀ ਤੁਸੀਂ ਇਸ ਪਿੰਡ ਦੇ ਰਹਿਣ ਵਾਲੇ ਹੋ, ਤੁਹਾਨੂੰ ਅੱਜ ਦੱਸਿਆ, ਤੁਹਾਨੂੰ ਆਪ ਹੀ ਪਤਾ ਹੋਣਾ ਚਾਹੀਦਾ ਇਸ ਚੀਜ਼ ਦਾ, ਸਾਨੂੰ ਪਤਾ ਹੋਣ ਤੋਂ ਬਾਅਦ ਇਹਨਾਂ ਦੱਸਣਾ ਤੁਸੀਂ ਨਾ ਜੀ ਵੀ ਆਹ ਦਿੱਕਤ ਹੈ, ਉਹ ਤਾਂ ਘਰ ਨਾਲ ਆ ਜੀ ਇਹ, ਇਹਨੇ ਪਤਾ ਲੱਗ ਗਿਆ ਅੱਜ ਖਬਰ ਲੱਗਣੀ ਹੈ ਵੀ ਅੱਜ ਬੋਲ ਦਿਓ। ਮੈਂਬਰ ਸਾਹਿਬ ਤੁਹਾਡੀ ਕੀ ਸੈਟਿੰਗ ਆ ਜਿਹੜੀ ਤੁਸੀਂ ਫੈਕਟਰੀ ਨਹੀਂ ਬੰਦ ਕਰਾਈ, ਪਿਛਲੀ ਸਰਕਾਰ ਵਾਲੀ ਨਹੀਂ ਬੰਦ ਹੋਈ, ਹੁਣ ਵੀ ਨਹੀਂ ਬੰਦ ਹੋਈ, ਐਲੀਗੇਸ਼ਨ ਲੱਗ ਰਹੇ ਆ ਵੀ ਤੁਹਾਡੀ ਸੈਟਿੰਗ ਆ, ਤੁਸੀਂ ਨਹੀਂ ਬੰਦ ਕਰਵਾਈ? ਕੋਈ ਸਾਡੀ ਸੈਟਿੰਗ ਨਹੀਂ ਜੀ, ਕਿਸੇ ਤਰ੍ਹਾਂ ਦਾ ਕੋਈ ਅੱਜ ਤਾਈਂ ਕੋਈ ਸਾਨੂੰ ਕਰ ਦੇਵੇ, ਜਿਹੜੇ ਲੋਕਾਂ ਤੋਂ ਆਮ ਮਤਲਬ ਲੈਂਦੇ ਹਾਂ 200 ਰੁਪਇਆ 150 ਮਤਲਬ ਹੈਗਾ, ਦੂਜੇ ਤਾਂ 100 ਰੁਪਇਆ 150 ਲੈਂਦੇ, ਉਹ ਕੁਛ ਅਲੱਗ ਗੱਲ, ਉਹ ਕੁਛ ਅਲੱਗ ਗੱਲ, ਗੱਲ ਫੈਕਟਰੀ ਦੀ ਹੈ ਜਿਹੜੀ ਆਲੂ ਚਿਪਸ ਜਿਹੜੀ ਇੱਥੇ ਫੈਕਟਰੀ ਜਿਹੜੀ ਹੈਗੀ ਆ ਉਹ ਕਿਤੇ ਨਾ ਕਿਤੇ ਕਹਿੰਦੇ ਗੰਦ ਪਾਉਂਦੇ ਆ, ਦੋਨਾਂ ਸਰਪੰਚਾਂ ਦੀ ਪਤਾ ਨਹੀਂ ਕੀ ਸੈਟਿੰਗ, ਹੁਣ ਬੰਦ ਨਹੀਂ ਕਰਾਉਂਦੇ, ਤੁਸੀਂ ਬੰਦ ਕਿਉਂ ਨਹੀਂ? ਮੈਂ ਤਾਂ ਬਲਾਕ ਸੰਮਤੀ ਮੈਂਬਰ ਹਾਂ, ਮੈਨੂੰ ਤਾਂ ਇਸ ਗੱਲ ਦਾ ਨਹੀਂ ਪਤਾ ਵੀ ਹੋ ਸਕਦੀ ਹੈ ਕੋਈ ਹੋਵੇ, ਪਰ ਮਤਲਬ ਫਿਲਹਾਲ ਕੋਈ ਇਹੋ ਜਿਹੀ ਗੱਲ ਹੈ ਨਹੀਂ ਵੀ ਜਿਹੜੀ ਅਸੀਂ ਉਹਨਾਂ ਤੋਂ ਕੋਈ ਵੱਖਰੇ ਪੈਸੇ ਲੈ ਲਈਏ। ਸੋ ਤੁਸੀਂ ਦੇਖ ਸਕਦੇ ਹੋ ਸਰਪੰਚਾਂ ਵੱਲੋਂ ਫੈਕਟਰੀ ਨੂੰ ਲੈ ਕੇ ਕੰਨੀ ਕਤਰਾਈ ਜਾਂਦੀ ਹੈ, ਕਿਉਂਕਿ ਫੈਕਟਰੀ ਇੱਥੇ ਹੈਗੀ ਹੈ, ਸਰਪੰਚਾਂ ਵੱਲੋਂ ਮੈਂਬਰਾਂ ਵੱਲੋਂ
इस चीज़ को मनन जी है इनकारी की जाती है। पानी पीने का भी बहुत गंदा आ रहा है जी, तो सरकार कैंसर हॉस्पिटल करवा रही है तो मरीज इतने तैयार हो ही जाता जी, भी चलो होर भर्ती कर जाएंगे। तो वो गल हो गई भी सिगरट के पैकिंग लिखे होंगे भी सिगरट पीना मना है, पर वेच ही जा रहा है। हूँ इतने इन्ना ज़्यादा गंदा पानी आ रहा भी इतों मैनू लगता कुछ किस कई कैंसर है भी इतने महल के जे सीवर बंद हो तो पानी सैट होगा तो पानी साफ होगा तो फिर ही सही होवे। एक पास कैंसर के हॉस्पिटल खोल रहे हैं, दूजे पास कैंसर खुद तैयार कर। हाँ जी, दूजे पास कैंसर तैयार कर रहे हैं जी, आपके पेशेंट आप ही तैयार करी जाते सरकार जी। सर डिपू को लेकर कुछ एलीगेशन लाए जाते हैं, उन्होंने गलबात करते हैं कि डिपू के बारे की कहते हैं सर, की कहना चाहते डिपू भाई साहब? इतने ना डिपू अज तो 20 साल पहला इतने कोई सरदारी लाल मिड्डा सगा मंडी डब वाली का, उन्होंने अलाट होया सगा। इन द मीन टाइम तीन मैं दो तीन प्लांट सरपंच आए भी तो गए भी, तो इन द मीन टाइम 4 साल पहला वो डैथ हो गई। डैथ होने तो मगरों जी उदो पता नहीं हूँ की होया कि जोड़ा प्रोग्राम है ना जी, वो डिपू ना मुंडा हैंडल कर रहा है, पूरा नाम तो मैं पता नहीं, अशोक कुमार, अशोक कुमार फरोकी है, वह गवर्नमेंट इंप्लाय है, मलोट सर्विस करता, वो आंदा इतने एक दिन जो पहला राशन आता उन्होंने पता वो सैटिंग होगी रिश्ता भी अज राशन आ गया इतों पब्लिक गरीब पब्लिक आपके को पेमेंट नहीं लाता पहला इतों लोगों को पैसे इकट्ठे करता वो जाके उतों राशन लिया दूजे दिन वंड दिंदा। पहला सानू ये दसो भी एक जड़ा बंदा मर गया वो किवें ओदा डिपू ओदा बेटा चला रहा और भी गवर्नमेंट इंप्लाय ये पता नहीं की राज है हूँ तुम आप समझदार हो नहीं हूँ तो किन्ने चलता चला रहा 4 साल चल 4 साल तो चला रहा जी वो तो सरकारी नौकरी करता है तो पर इतने आके लोगों की टूई मारद पता नहीं वो की सैटिंग डिपार्टमेंट चाहे गए पंचायत ने भावें पहल वाली ने जिम्मे मर्जी ला लो 4 साल हो गए जो चला रहे सरपंच साहब गल फिर आ गई कि थोड़े डिपू है ना सैटिंग है जो चला रहा वो एक सरकारी जॉब कर रहा एक गरीब कलोनी है जी, असीं तां यही अरदास करते हैं भी परमात्मा इस कलोनी दे विच अहिजा कोई वास करे जिहड़े हुण साडे कलोनी दे विच नशा बहुत वध है। कैप्टन साहब ने एक गुरु ग्रंथ साहब का गुटका लेके सहु खाधी से भी मैं एक हफ्ते च मैं नशा वह कर दाँगा, ठीक है जी। उन्होंने जो गुरु साहब की सहु खा के जोड़ा मुख्यमंत्री झूठ बोल सकता है, ठीक है, तो साढ़े तो एकली कि मर्जी ला दो जी, ठीक है जी। साढ़े भी साढ़े जिन्हें भी जवान थोड़े तो भी एलीगेशन लग रहा है कि डिपू जोड़ा है डिपू थोड़ी सैटिंग ना चलता पाया, बंदा तो सरकारी जॉब करता तो डिपू चलाई जाता एलीगेशन ला रहे भी दोनों पंचायतों ना कोई सैटिंग उन्होंने नहीं साढ़े पंचायत में कोई सैटिंग नहीं उन्होंने जिम्मे पहला इन्हों की सरकार वे चली जाता से उमें बंदा चल रहा है जिम्मे पहला चल रहा है उस तरह मतलब उ बंदा ही उ मतलब उस तरह चला रहे। सर पिछले सरपंच वालों कहा जाता है कि कैप्टन साहब ने गुटका साहब की सहु खाधी सी तो वो हजे तक जो है नशा में चलता पे भाई साहब नशे बारे कोई गल चल कहने की कहना चाहते नशे बारे मेरा नाम वीर सिंह है वीरे आपके माध्यम से मैं यही कहना गा नर्सिंग कलोनी चो नशा खत्म नहीं होता चाहे बादल सरकार की आ जाए चाहे कांग्रेस सरकार आ जाए इतने नर्सिंग कलोनी चो नशा खत्म नहीं हो रहा। हूँ परसों की वीडियो पई है मेरे को मुंडे टीके लाने आदि ऐसे नर्सिंग कलोनी के मुंडे ने खिंची वीडियो और मेरे को आई है फोटो उन्हें वीडियो नर्सिंग कलोनी चो नशा खत्म नहीं होता चिट्टे का नशा खत्म होता ही नहीं ਜਿਹੜੀ ਵੀਡੀਓ ਉਹੀ ਹੈ ਕਹਿੰਦਾ ਮਿਸਤਰੀ ਬੈਠਾ ਮਿਸਤਰੀ ਟੀਵੀ ਲਾਈ ਹਾਂ ਮੈਂ ਵੀ ਦੇਖੀ ਹੈ ਨਾ ਤੇ ਅਜੇ ਤੱਕ ਉਹ ਚਿੱਟਾ ਖਤਮ ਕਿਉਂ ਨਹੀਂ ਹੋਇਆ ਹੈਗਾ ਇਥੋਂ ਨਰਸੇ ਕਲੋਨੀ ਦੀ ਨਾ ਤਾਂ ਸਰਕਾਰ ਕਰ ਰਹੀ ਕੰਮ ਨਾ ਪੁਲਿਸ ਪ੍ਰਸ਼ਾਸਨ ਕਰ ਰਿਹਾ ਕੰਮ ਇਸ ਚੀਜ਼ ਵਾਸਤੇ ਕੋਈ ਕੰਮ ਨਹੀਂ ਕਰ ਰਿਹਾ ਇਸ ਚੀਜ਼ ਵਾਸਤੇ ਸਭ ਨੂੰ ਪਤਾ ਹੈਗਾ ਪੁਲਿਸ ਨੂੰ ਵੀ ਪਤਾ ਕਿੰਨੀਆਂ ਵੀਡੀਓ ਬਣਾ ਬਣਾ ਦਿੱਤੀਆਂ ਸਭ ਮਹੱਲੇ ਨੇ ਬਣਾ ਬਣਾ ਦਿੱਤੀਆਂ ਵੀਡੀਓ ਕੋਈ ਮੈਂ ਇਕੱਲੇ ਨੇ ਨਹੀਂ अच्छा तुहानू की लगता है फिर जो है नशा जो है खत्म ही नहीं हो सकता नहीं हो सकता जी नर्सिंग कलोनी खत्म हो ही नहीं सकता जी कला नर्सिंग कलोनी जी खत्म नहीं हो सकता पंजाब चो खत्म हो सकता इंडिया चो खत्म नहीं हो सकता इंडिया चो खत्म तो हो ही नहीं सकता जो नर्सिंग कलोनी चना भी पंजाब चो कितने खत्म होजू सारा पंजाब चो जा रहा है इधर साड़ी जिथे मर्जी कुते विच विचे पर नर्सिंग कलोनी साडा खत्म होना चाहिए चाहे इतने पुलिस प्रशासन चौकी बनावे चाहे कोई वड्डा अधिकारी इतने बैठावे एक भी सानू सुनन च आया कि जदों पुलिस इतने फड़न आउंदी है ते नाल हरियाणा लगदा अगला हरियाणे च वड़ जांदा उधर जाके ये दिक्कत भी है कि कोई इत्थों फड़ के इत्थों ले जांदे ने जी जिहड़े उहनां दे घर आ उह तां पंजाब दे विच है जी चलो बंदा भज जांदा एक घर थोड़ी है किन्ने घर ही वेचदे जी फिर उहनां नूं तां कारवाई करनी चाहीदी उस चीज़ ते इत्थे हरियाणे दी दारू बहुत चलदी आ दारू भी चलदी हरियाणे दी दारू वाधू विकदी आ क्योंकि इत्थे हरियाणे दा हरियाणे च तां मेरे हिसाब नाल 100 रुपए बोतल आ ते पंजाब च इत्थे 200-250 दी बोतल है ते हरियाणे च लिया के वाधू बेचदे इत्थे
कोई यह कोना नहीं है जिथे भी मतलब चिट्टा ज नशा ना बिकता डरदा कोई बोलता नहीं जी डरदा कोई भी नहीं बोलता जी सब डरते है जी कोई भी नहीं बोलता हरेक कहता भी साढ़े बच्चा ना तो कोई कोई घेर ले जा ना कर ले इस गलों डरते कोई नहीं बोलता इतने बहुत गंद पाया हो जी ਜਿੰਨਾ ਇੱਥੇ ਗੰਦ ਪਾਇਆ ਹੋਇਆ ਉਹਨਾਂ ਕਿਤੇ ਵੀ ਨਹੀਂ ਪਾਇਆ ਕਿਤੇ ਕਿਸੇ ਏਰੀਆ 'ਚ ਗੰਦ ਨਹੀਂ ਹੈ ਜਿੰਨਾ ਇੱਥੇ ਨਰਸਿੰਗ ਕਲੋਨੀ 'ਚ ਕੁੜੀਆਂ ਤੱਕ ਚਿੱਟਾ ਪੀਂਦੀਆਂ ਜੀ ਬੁੜੀਆਂ ਬੇਚਦੀਆਂ ਜੀ ਪੀਂਦੀਆਂ ਵੀ ਆਪ ਪੀਂਦੀਆਂ ਵੀ ਆਪ ਕੁੜੀਆਂ ਵੀ ਪੀਂਦੀਆਂ ਸੋ ਅਸੀਂ ਵਿਕਾਸ ਦੀ ਖਬਰ ਕਰਨ ਵਾਸਤੇ ਆਏ ਸੀ ਕਿਤੇ ਨਾ ਕਿਤੇ ਚਿੱਟਾ ਨੂੰ ਲੈ ਕੇ ਵੀ ਇੱਥੇ ਕਾਫੀ ਖਬਰਾਂ ਜਿਹੜੀਆਂ ਸਾਹਮਣੇ ਆਈਆਂ ਸੋ ਦੇਖਣਾ ਹੋਏਗਾ ਇਸ ਖਬਰ ਤੋਂ ਬਾਅਦ ਪ੍ਰਸ਼ਾਸਨ ਇਸ ਖਬਰ ਨੂੰ ਲੈ ਕੇ ਕਿੰਨੀ ਕੁ ਜਿਹੜੀ ਹੈਗੀ ਆਪਦੀ ਐਕਟੀਵਿਟੀ ਦਿਖਾਉਂਦਾ ਆਪਦੇ ਕਿੰਨੀ ਕੁ ਜਿਹੜੀ ਹੈਗੀ ਆਪਦੀ ਫੁਰਤੀ ਦਿਖਾਉਂਦਾ ਕਿ ਇਸ 'ਤੇ ਦੁਬਾਰਾ ਜਿਹੜਾ ਹੈਗਾ ਨਸ਼ਾ ਨਾ ਵਿਕੇ ਔਰ ਇਸ 'ਤੇ ਜਿਹੜਾ ਪਾਣੀ ਜਿਹੜਾ ਹੈਗਾ ਲੋਕਾਂ ਨੂੰ ਸਾਫ਼ ਸੁਥਰਾ ਮਿਲ ਸਕੇ ਮੈਂ ਸੁਨੀਲ ਜਲਦਾ ਰੋਜ਼ਾਨਾ ਸਪੋਕਸਮੈਨ ਟੀ ਵੀ ਨਰਸਿੰਗ ਕਲੋਨੀ ਜ਼ਿਲ੍ਹਾ ਬਠਿੰਡਾ